بسم اللہ الرحمن الرحیم السلام علیکم بے رہے ہو تسی اپنا ترکیا چینل تے میں تہاڈا میزبان دکان ਰਮਾਵਤ ਤੇ ਰੋਜ਼ਾਨਾ ਦੀ ਨਵੀਂ ਤੇ ਨਵੀਂ ਅੱਛੀ ਤੇ ਅੱਛੀ ਵੀਡੀਓ ਲੈ ਕੇ ਆਉਂਦਾ ਰਹੇ ਵੀਡੀਓ ਮੀਟ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਔਰ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਬਸਾਨੀ ਪਹੁੰਚ ਸਕੇ ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਹੈ ਮਲਕ ਮੁਦੱਸਰ ਅਵਾਣ ਵਾਟਰੀ ਵਾਲੇ ਦੀ ਵੀਡੀਓ ਬਸ ਸਿਲਸਿਲਾ ਵਾਲੀ ਵੀਡੀਓ ਜਿੰਨਾ ਤੁਸੀਂ ਵੇਖਦੇ ਹੋ ਕਿ ਹਫ਼ਤੇ ਦੇ ਵਿੱਚ ਜਿਹੜਾ ਹੈ ਨਾ ਇਹ ਦੋ ਦਿਨ ਇਹਨਾਂ ਦੀ ਵੀਡੀਓ ਜਿਹੜੀ ਹੈ ਨਾ ਅਪਲੋਡ ਹੁੰਦੀ ਹੈ ਅੱਜ ਵਾਲੀ ਵੀਡੀਓ ਜਿਹੜੀ ਹੈ ਇਹ ਜੁਮੇਰਾਤ ਵਾਲੀ ਵੀਡੀਓ ਬਾਕੀ ਵੀਡੀਓ ਦਾ ਐਡਰੈਸ ਹੈ ਜੇ ਕਿ ਜ਼ਿਲ੍ਹਾ ਤਹਿਸੀਲ ਇਹ ਗੁਜਰਾਤ ਹੈ ਔਰ ਪਿੰਡ ਜਿਹੜਾ ਜਿਹਨੇ ਤਾਂ ਵਾਂਡ ਸ਼ਰੀਫ ਲੱਗੇ ਅੱਗੇ ਵੀ ਵੀਡੀਓ 'ਚ ਦੱਸੀ ਦੀ ਹੈ ਕਿਸੇ ਵੀ ਭਰਾ ਨਾਲ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਜਲਾਲਪੁਰ ਸੌਂਪਦੀ ਹੈ ਔਰ ਜਲਾਲਪੁਰ ਸੌਂਪਦੀਆਂ ਜੋ ਕਿ ਤਕਰੀਬਨ ਜਿਹੜਾ ਨਾ 7 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ ਇਹ ਇਹਨਾਂ ਦੀ ਲੋਕੇਸ਼ਨ ਹੈ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਸਾਰੀ ਇਨਸ਼ਾਅੱਲਾ ਭਾਈ ਮੈਂ ਦੱਸਣ ਨਾ ਕਰਾਂ ਦੇ ਕਿਉਂਕਿ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਨਾ ਇੱਕ ਹੀ ਝੋਟੀ ਹੈ ਜਨਾਬ ਪੂਰੇ ਰੰਗ ਦੀ ਜਿਹੜੀ ਭਰਾਵਾਂ ਨੂੰ ਤਕਾਣੀ ਹੈ ਬਾਕੀ ਝੋਟੀ ਵੇਖ ਲੈਣੀ ਹੈ ਅਗਲੀ ਗੱਲਬਾਤ ਜਿਹੜੀ ਹੈ ਨਾ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲੱਗ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਪੈਨ ਕਰ ਲੈਣਾ ਵਾਰਾ ਜੁਮੇਰਾ ਤੇ ਤਾਰੀਖ ਵੀ ਬਣਦੀ ਹੈ 28 ਮਹੀਨਾ 11 ਤੇ 2024 ਬਾਕੀ ਪੱਕ ਰੱਖੇ ਹੈਰ ਤੇ ਬਿੱਲਾ ਤੱਕੀ ਜਿਹੜਾ ਨਾ ਵੀਡੀਓ ਕਰਨੇ ਆ ਜੀ ਸ਼ੁਰੂ ਆਵਾ ਬਣਾ ਲਿਆ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਹਾਂਜੀ ਮਲਕ ਸਾਹਿਬ ਦੀ ਗ੍ਰੇਟ ਕੀ ਹਾਲ ਹੈ ਭਾਈ ਜੀ ਸ਼ਾਨ ਅੱਲਾ ਪਾਕ ਦਾ ਕਰਮ ਹੈ ਤੁਸੀਂ ਸੁਣਾਓ ਠੀਕ ਠਾਕ ਹੋ ਖੈਰ ਕਰੀਏ ਤੇ ਜੀ ਅੱਲਾ ਪਾਕ ਦਾ ਸ਼ੁਕਰ ਹੈ ਫਜ਼ਲ ਹੈ ਕਰਮ ਹੈ ਦੀ ਜ਼ਿਆਦਾ ਲੋ ਜੀ ਭਾਈ ਮਦਸਰ ਅੱਜ ਜਿਹੜੀ ਵੀਡੀਓ 'ਚ ਇੱਕ ਹੀ ਝੋਟੀ ਹੈ ਨਾ ਜਿਹੜੀ ਲਾਣੀ ਇੱਕੋ ਹੀ ਝੋਟੀ ਹੈ ਭਾਈ ਸ਼ਾਨ ਠੀਕ ਹੈ ਝੋਟੀ ਦਾ ਸ਼ੌਕ ਭਰਾਵਾਂ ਕਰ ਲੈਣਾ ਝੋਟੀ ਤਸੱਲੀ ਨਾਲ ਵੇਖ ਲੈਣੀ ਭਰਾਵਾਂ ਨੇ ਠੀਕ ਹੈ ਕੱਚੀ ਸੂਈ ਝੋਟੀ ਹੈ ਭਰਾਵਾਂ ਦੇ ਸਾਹਮਣੇ ਆ ਚੱਲੀ ਹੈ ਜੀ ਬਿਲਕੁਲ ਠੀਕ ਹੈ ਬਾਕੀ ਮਾਲ ਅਲਹਮਦੁਲਿਲਾ ਵਿਕ ਗਿਆ ਜੀ ਠੀਕ ਹੈ ਜਾ ਇਹ ਲੋ ਜੀ ਮਲਕ ਸਾਹਿਬ ਦੀ ਗ੍ਰੇਟ ਇੱਕ ਵਾਰੀ ਸਲਾਮ ਤੋਂ ਕਰੋ ਆਪਣੇ ਚਾਹਣਾ ਜਨਾਬ ਜਿੱਥੇ ਜਿੱਥੇ ਵੀ ਸਾਡੇ ਭਰਾ ਐਨੇ ਨਾ ਵੀਡੀਓ ਦੇਖਦੇ ਨੇ ਲਾਈਕ ਔਰ ਸ਼ੇਅਰ ਕਰਦੇ ਨੇ ਜੀ ਕਮੈਂਟ ਕਰਦੇ ਨੇ ਸਾਰੇ ਭਰਾਵਾਂ ਨੂੰ ਸਾਡੀ ਤਰਫੋਂ ਜਨਾਬ ਬਸ ਸਲਾਮੋ ਲੱਕ ਜੀ ਬਿਲਕੁਲ ਅੱਲਾਹ ਪਾਕ ਦੀ ਜ਼ਾਤ ਇਹਨਾਂ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ ਹੱਸਦੇ ਰਹਿਣ ਤੇ ਵੱਸਦੇ ਰਹਿਣ ਵੀਡੀਓ ਤੱਕਦੇ ਰਹਿਣ ਹਾਂ ਤੇ ਸ਼ੇਅਰ ਕਰਦੇ ਰਹਿਣ ਲੋ ਜੀ ਜਨਾਬ ਦੀ ਇਜਾਜ਼ਤ ਹੋਵੇ ਤੇ ਕਰੀਏ ਵੀਡੀਓ ਸ਼ੇਅਰ ਕਰੋ ਬਿਸਮਿਲ੍ਲਾ ਜਨਾਬ ਦਿਖਾਈਏ ਝੋਟੀ ਲੋ ਜੀ ਖੋਲੋ ਜੀ ਬਿਸਮਿਲ੍ਲਾ ਪੜੋ ਜੀ ਇੱਕ ਵਾਰੀ ਦੋਵੇਂ ਭਰਾ ਜਿਹੜਾ ਨਾ ਇਹ ਝੋਟੀ ਦੀ ਜਨਾਬ ਤਸੱਲੀ ਕਰਾਓ ਤੇ ਬਾਕੀ ਲੈਣੇ ਦੇਣੇ ਜਿਹੜਾ ਨਾ ਇਹ ਨਸੀਬ ਨੇ ਮਲਕ ਸਾਹਿਬ ਦੀ ਗ੍ਰੇਟ ਹੈ ਜਿਹੜੀ ਵੀਡੀਓ ਜਨਾਬ ਇਤਵਾਰ ਵਾਲੇ ਦਿਨ ਲੱਗੀ ਹੈ ਕੈਸਾ ਰਿਹਾ ਜੀ ਉਹਦਾ ਰਿਜ਼ਲਟ ਜਨਾਬ ਅੱਲਾ ਪਾਕ ਦਾ ਬੜਾ ਕਰਮ ਨੇ ਸ਼ੁਕਰ ਹੈ ਮਾਲਕ ਦੀ ਦਾਤ ਦਾ ਜਨਾਬ ਮਾਲ ਵਿਕ ਗਿਆ ਜੀ ਠੀਕ ਹੋ ਗਿਆ ਜੀ ਮਾਲ ਉਸੇ ਦਿਨ ਹੀ ਵਿਕ ਗਿਆ ਹੈ ਲੇਕਿਨ ਫਿਰ ਕਿਆ ਲੇਟ ਇਹ ਕਿਉਂਕਿ ਰਸਤੇ ਬੰਦ ਹੋ ਗਏ ਠੀਕ ਹੋ ਗਿਆ ਜਨਾਬ ਤੇ ਮਲਕ ਸਾਹਿਬ ਦੀ ਗ੍ਰੇਟ ਕਿਹੜੀ ਕਿਹੜੀ ਜਗ੍ਹਾ ਝੋਟੀਆਂ ਗਈਆਂ ਜਨਾਬ ਜਨਾਬ ਇੱਕ ਝੋਟੀ ਗਈ ਹੈ ਮੀਰਪੁਰ ਠੀਕ ਹੈ ਇੱਕ ਝੋਟੀ ਗਈ ਹੈ ਜਨਾਬ ਖੜੀ ਸ਼ਰੀਫ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ ਝੋਟੀ ਜਿਹੜੀ ਹੋ ਗਈ ਹੈ ਗੁਜਰਾਂ ਵਾਲੇ ਠੀਕ ਹੋ ਗਿਆ ਜਨਾਬ ਇਸੇ ਤਰ੍ਹਾਂ ਮਾਲ ਵੀ ਗਿਆ ਨਾ ਸਾਰਾ ਮਾਲ ਵੀ ਲੋ ਜੀ ਮਲਕ ਸਾਹਿਬ ਦੀ ਗ੍ਰੇਟ ਸੁਬਾਹ ਕਿ ਲਿਆ ਜੇ ਝੋਟੀ ਨੇ ਸੁਬਾਹ ਭਾਜ ਜਾਨ ਲਿਆ ਸੋ ਪਹਿਲਾ ਲੋ ਜੀ ਪਹਿਲਾ ਝੋਟੀ ਠੀਕ ਹੋ ਗਿਆ ਜਨਾਬ ਬਾਕੀ ਬੜੀ ਸਾਫ ਜੀ ਤੇ ਬੜੀ ਨੀਟ ਜੀ ਝੋਟੀ ਹੈ ਅਈਏ ਤੇ ਕੱਚੀ ਸੂਈ ਹੈ ਠੀਕ ਹੈ ਤੇ ਲੋ ਸ਼ੋ ਮਾਣੀ ਚੰਗੀ ਰੱਖੀ ਸੋ ਇਹ ਕਿਉਂਕਿ ਕੱਚੀ ਸੂਈ ਹੈ ਭਾਲ ਜਿਹੜੀ ਹੈ ਨਾ ਇਹ ਝੋਟੀ ਨੇ ਜਨਾਬ ਰੱਖੀ ਹੈ ਪਹਿਲਣ ਝੋਟੀ ਜਨਾਬ ਪੂਰੇ ਰੰਗ ਦੇ ਔਰ ਮਲਕ ਸਾਹਿਬ ਦੀ ਗ੍ਰੇਟ ਝੋਟੀ ਮੂੰਹ ਝੁਕੇ ਜੇ ਜਨਾਬ ਮੂੰਹ ਝੁ ਭਾਈ ਸ਼ਾਨ ਚਾਰ ਦਾਨ ਦੇ ਠੀਕ ਹੈ ਲੋ ਜੀ ਮੂੰਹ ਝੁ ਝੋਗੇ ਮਗਰ ਕੱਟਾ ਕਿਉਂਕਿ ਕੱਟੀ ਹੈ ਜੇ ਇਹਦੇ ਮਗਰ ਕੱਟੀ ਹੈ ਲੋ ਜੀ ਆਪ ਭੂਰੇ ਰੰਗ ਦੀ ਔਰ ਕੱਟੀ ਜਿਹੜੀ ਹੈ ਨਾ ਕਾਲੇ ਰੰਗ ਦੀ ਜਨਾਬ ਕੱਟੀ ਜਿਹੜੀ ਹੈ ਨਾਲੇ ਵਹਾਸੜੀ ਹੈ ਬਲਾਲ ਹੈ ਮੂੰਹ ਚ ਚਾਰ ਦੰਦ ਹੈ ਔਰ ਭਾਈ ਮੈਂ ਦੱਸਾਂ ਕਿੰਨੇ ਦਿਨਾਂ ਦੀ ਝੋਟੀ ਸੋਈ ਹੈ
ਘੋਟੀ ਨੂੰ ਭਾਈ ਜਿਸ਼ਾਨ ਸੋਏ ਅੱਜ ਤੀਸਰਾ ਦਿਨ ਹੈ। ਠੀਕ ਹੈ ਠੀਕ ਹੈ ਲੋ ਜੀ ਜੇ ਬੋਏ ਗਏ ਨਾ ਵੈਰੀ ਗੁੱਡ ਜਨਾਬ ਤੀਸਰਾ ਦਿਨ ਇਸ ਝੋਟੀ ਨੂੰ ਜਨਾਬ ਸੋਏ ਆ ਬੋਲੇ ਵਿੱਚ ਜਨਾਬ ਝੋਟੀ ਹੈ ਪਹਿਲਣ ਔਰ ਪੂਰੇ ਰੰਗ ਦੀ ਤੇ ਲਿਬਾਸ ਤੇ ਥਣ ਇਹ ਬਲਾਲ ਪੈ ਤੱਕਾਂ ਦਾ ਜਨਾਬ ਮੁਕੰਮਲ ਇਹ ਤਸੱਲੀ ਜਿਹੜੀ ਹੈ ਨਾ ਇਹ ਬਲਾਲ ਨੇ ਕਰਾ ਦੇਣੀ ਹੈ ਤੇ ਮਲਕ ਸਾਹਿਬ ਦੀ ਗ੍ਰੇਟ ਇਹ ਕੀ ਕੁ ਬੋਲ ਇਸ ਟਾਈਮ ਝੋਟੀ ਕੋਲ ਭਾਈ ਸ਼ਾਨ ਪਤਾ ਕੀ ਹੈ ਜੀ ਸੱਚੀ ਤੇ ਝੋਟੀ ਹੈ ਠੀਕ ਹੈ ਇਸ ਟਾਈਮ ਬੱਚੇ ਨੂੰ ਦੇ ਕੇ ਨੌ ਸਿਰ ਜਿਸ ਭਰਾ ਦਾ ਦਿਲ ਕਰਦਾ ਆਣ ਕੇ ਤੇ ਹੁਣ ਪੂਰਾ ਕਰ ਲੈ ਠੀਕ ਹੋ ਗਿਆ ਜੀ ਬਾਕੀ ਇਨਸ਼ਾਅੱਲਾ ਨੌ ਦਾ ਸਿਰ ਹੀ ਨਹੀਂ ਆਇਆ ਵੀ ਝੋਟੀ ਬੜੀ ਚੰਗੀ ਜਈ ਹੈ ਤੇ ਲਾਕੇ ਬਹੁਤ ਚੰਗੇ ਦੀ ਹੈ ਜੀ ਠੀਕ ਹੋ ਗਿਆ ਜਨਾਬ 9 ਕਿਲੋ ਹਾਜ਼ਰ ਮੌਕਿਆ ਨਾ ਸਵੇਰੇ ਸ਼ਾਮੀ ਜਿੱਥੋਂ ਵੀ ਕੋਈ ਭਰਾ ਆਵੇ ਆ ਕੇ ਆਪਣੀ ਜਨਾਬ ਤਸੱਲੀ ਕਰਨੇ ਬਾਕੀ ਧੁੰਨੀ ਘੋੜੀ ਵੱਖੀ ਪੁੱਠਾ ਹੱਡੀ ਜਿਹੜੀ ਹੈ ਨਾ ਉਹ ਮੁਕੰਮਲ ਇਹ ਬਲਾਲ ਨੇ ਤਕਾ ਸੜਨੀ ਹੈ ਥਣ ਗਾੜੀ ਔਰ ਪਛਾੜੀ ਦਾ ਔਰ ਮੁਕੰਮਲ ਇਹ ਜਨਾਬ ਤਸੱਲੀ ਜਿਹੜੀ ਹੈ ਇੱਕ ਇੱਕ ਅੰਗ ਦੀ ਇਹ ਬਲਾਲ ਨੇ ਕਰਾ ਸੜਨੀ ਹੈ ਲਿਬਾਸ ਦਾ ਸ਼ੌਕ ਇੱਕ ਵਾਰੀ ਫਿਰ ਜਿਹੜਾ ਨਾ ਇਹ ਭਰਾਵਾਂ ਨੇ ਜਨਾਬ ਕਰਨਾ ਤੇ ਲਓ ਜੀ ਮਲਕ ਸਾਹਿਬ ਦੀ ਗ੍ਰੇਟ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਝੋਟੀ ਹੈ ਜਨਾਬ ਇਹ ਪਹਿਲਾ ਵਿਊਜ਼ ਤੇ ਪਹਿਲਾ ਫੋਨ ਇਸੇ ਝੋਟੀ ਦਾ ਹੋਵੇ ਤੇ ਝੋਟੀ ਜਨਾਬ ਵਿਕ ਜੇ ਕਿੰਨੇ ਦੀ ਝੋਟੀ ਜਨਾਬ ਨੇ ਦੇ ਸਕਣੀ ਪਚਾਦੀ ਹੈ ਠੀਕ ਹੈ ਜੀ ਬਿਲਕੁਲ ਜਨਾਬ ਤੇ ਫਿਰ ਮਲਕ ਸਾਹਿਬ ਅੱਜ ਗੱਲਾਂ ਹੋਣੀਆਂ ਨੇ ਪੈਨਲ ਕਿਉਂਕਿ ਇੱਕ ਹੀ ਝੋਟੀ ਹੈ ਇਹਨੂੰ ਵੇਚ ਕੇ ਤੇ ਕੋਈ ਮਾਲ ਵੀ ਇਤਵਾਰ ਵਾਲੀ ਵੀਡੀਓ ਵਾਸਤੇ ਜਿਹੜਾ ਹੈ ਨਾ ਇਹ ਲੈਣ ਜਾਣਾ ਤੇ ਮਲਕ ਸਾਹਿਬ ਕਿੰਨੇ ਦੀ ਝੋਟੀ ਜਨਾਬ ਨੇ ਦੇ ਸਕਣੀ ਠੀਕ ਹੈ ਜੀ ਨਾ ਲਾਣਾ ਸਵਾ ਚਾਰ ਤੇ ਨਾ ਲਾਣਾ ਪੂਰਾ ਚਾਰ ਲੋ ਜੀ ਚਾਰ ਵੀ ਨਹੀਂ ਤੇ ਨਾ ਲਾਣਾ ਪੌਣੇ ਚਾਰ ਝੋਟੀ ਹੱਥੇ ਜੇ ਲੱਗੀਆਂ ਫੜਾਣ ਭਰਾ ਨੇ ਫੜਨੀ ਹੋਈ ਫੜ ਲੈ ਝੋਟੀ 3,55,000 ਦੀ ਦੇ ਸਕਣੀ ਜਾ ਰਾਜ਼ੀਆਂ ਤੇਰੇ ਤੋਂ ਮਲਕਾ ਲੋ ਜੀ 3,50,000 55,000 ਜਿਸ ਭਰਾ ਨੂੰ ਪਸੰਦ ਆਵੇ ਨਾ ਅੱਜ ਤੇ ਬਲਾਲ ਵੀ ਖੁਸ਼ ਹੋ ਗਿਆ ਵੀ ਮੁੱਲ ਜਿਹੜਾ ਹੈ ਤੇ ਬਿਲਕੁਲ ਹੀ ਸਾਰ ਛੜਿਆ ਜੀ ਬਿਲਕੁਲ ਜਨਾਬ 3,55,000 ਰੁਪਈਏ ਦੇ ਜਿਸ ਭਰਾ ਨੂੰ ਪਸੰਦ ਆਵੇ ਨਾ ਲੋ ਜੀ ਝੋਟੀ ਜਨਾਬ ਦੇ ਸਕਣੀ ਹੈ ਝੋਟੀ ਵੀ ਔਰ ਝੋਟੀ ਦਾ ਮੁੱਲ ਵੀ ਇਹ ਵੀ ਜਨਾਬ ਵੇਖ ਲੈਣਾ ਤੇ ਨੰਬਰ ਨੋਟ ਕਰੋ ਜਨਾਬ 0300 ਝੋਟੀ ਦੀ ਪੁੱਛਣੀ ਵੀ ਭਾਈ ਸ਼ਾਨ ਵੇਖਣੀ ਹੈ ਜੀ ਬਿਲਕੁਲ ਜਨਾਬ ਬਰੀਕ ਜਿਹੜਾ ਹੈ ਲੋ ਜੀ ਨੰਬਰ ਨੋਟ ਕਰੋ 0300-620-9682 ਵਟਸਐਪ ਈਮੋ ਦੇ ਕਾਲ ਇੱਕ ਹੀ ਨੰਬਰ ਜੇ ਇਹਦੇ ਤੇ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਹੈ ਨਾ ਇਹ ਜਨਾਬ ਪੈਨ ਕਰ ਲੈਣਾ ਤੇ ਬਾਕੀ ਸਾਰੇ ਭਰਾਵਾਂ ਦੀ ਚਾਹਤ ਮੁਹੱਬਤ ਤੇ ਲਗਨ ਇਹਦਾ ਜਨਾਬ ਸ਼ੁਕਰੀਆ ਅਦਾ ਕਰਨੇ ਆ ਔਰ ਇਸੇ ਵੀਡੀਓ ਦੇ ਨਾਲ ਇਜਾਜ਼ਤ ਚਾਹਾਂਗੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਮਲਕ ਸਾਹਿਬ ਦੀ ਗ੍ਰੇਟ ਨਾਰਾ ਮਾਰਨਾ ਜਨਾਬ ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਜ਼ਿੰਦਾਬਾਦ।